ਹਾਂਜੀ ਵੀਰੇ, ਅੱਜ 29 ਮਾਰਚ ਦੀ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ। ਬਹੁਤ ਵੀਡੀਓ ਅਪਡੇਟ ਹੋ ਰਹੀ ਹੁੰਦੇ ਨੇ ਰੀਲਾਂ 'ਤੇ ਵੀ ਫੋਨ ਆਮ ਫੋਨਾਂ ਨੂੰ 20-30 ਹਜ਼ਾਰ ਕਿਉਂ ਸਸਤੇ ਹੁੰਦੇ ਨੇ, ਬਹੁਤ ਡਿਫਰੈਂਸ ਹੁੰਦੇ ਨੇ। ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਧਿਆਨ ਨਾਲ ਦੇਖ ਲਿਓ। ਬੇਨਤੀ ਆ, ਕਈ ਬੰਦੇ ਕਹਿੰਦੇ ਨੇ ਵੀ ਢਿੱਲੋਂ ਵਾਲੇ ਫੋਨ ਬਹੁਤ ਮਹਿੰਗੇ ਵੇਚਦੇ ਨੇ। ਜਿਹੀ ਸਾਡੇ ਕੋਲ ਤਾਂ ਚੀਜ਼ ਮੰਗੋਗੇ ਉਹ ਪਈ ਹੈ, ਸਸਤੀ ਲੈ ਲਓ ਮਹਿੰਗੀ ਲੈ ਲਓ, ਹਰ ਟਾਈਮ ਚੋਇਸ ਹੁੰਦੀ ਹੈ। ਮੈਂ ਤੁਹਾਨੂੰ ਦੋ ਐਗਜ਼ਾਮਪਲ ਧਿਆਨ ਨਾਲ ਦੇ ਰਿਹਾ, ਦੇਖੋ। ਸਾਡੇ ਕੋਲ 13 ਪ੍ਰੋ ਪਏ ਨੇ, ਦੋਨੇ ਆਊਟ ਵਾਰੰਟੀ ਨੇ। ਇਹ ਤਾਂ ਹੈਗਾ ਜੀ 50,000 ਦਾ ਆਊਟ ਵਾਰੰਟੀ, ਇਹ ਹੈਗਾ ਜੀ 60-61 ਹਜ਼ਾਰ ਦਾ, ਨਾਲ ਗਲਾਸ ਗਾਰਡ ਕਵਰ ਲੈਮੀਨੇਸ਼ਨ ਵਗੈਰਾ, ਉਹ ਬਿਲਕੁਲ ਫਰੀ ਹੈ, ਅਡਾਪਟਰ ਵਗੈਰਾ 4-5 ਚੀਜ਼ਾਂ ਨੇ। ਹੁਣ ਤੁਸੀਂ ਸੋਚੋਗੇ ਵੀ ਫੋਨ ਵੀ ਓਕੇ ਨੇ, ਕੋਈ ਕਿਸੇ ਕਮੀ ਪੇਸ਼ੀ ਨਹੀਂ, ਰੇਟ ਦਾ ਡਿਫਰੈਂਸ ਕਿਉਂ? ਉਸ ਤੋਂ ਬਾਅਦ ਮੇਰੇ ਕੋਲ 15 ਪ੍ਰੋ ਮੈਕਸ ਪਿਆ, 256 GB, 25 ਫਰਵਰੀ ਦਾ ਐਕਟੀਵੇਟ ਹੈ, ਮੰਨ ਕੇ ਚਲੋ ਇੱਕ ਮਹੀਨਾ ਪਹਿਲਾਂ ਐਕਟੀਵੇਟ ਹੈ, 80,000 ਦਾ 15 ਪ੍ਰੋ ਮੈਕਸ, ਫਿਰ 80,000 ਦਾ 3 ਲੱਖ ਤੋਂ ਪਲੱਸ ਰੇਟ। ਤੁਸੀਂ ਸੋਚੋਗੇ ਇੰਨਾ ਸਸਤਾ ਕਿਉਂ ਆ? ਇਹਨੂੰ ਲੋਕ ਰੀਲਾਂ ਦੇ ਵਿੱਚ ਲਿਖ ਦੇਣਗੇ 15 ਪ੍ਰੋ ਮੈਕਸ ਇੱਕ ਮਹੀਨਾ ਪਹਿਲਾਂ ਐਕਟੀਵੇਟ 80,000 ਦਾ, ਪੂਰੀ ਜਾਣਕਾਰੀ ਨਹੀਂ ਲਿਖਦੇ, ਕਸਟਮਰ ਕਨਫਿਊਜ਼ ਹੋ ਜਾਂਦਾ, ਉਹ ਭੱਜਿਆ ਭੱਜਿਆ ਆਉਂਦਾ ਜਾਂ ਉੱਥੇ ਰੀਲਾਂ ਦੇਖ ਕੇ ਕਿਸੇ ਹੋਰ ਦੁਕਾਨ 'ਤੇ ਜਾਂਦਾ, ਜਦੋਂ ਹੋਰ ਦੁਕਾਨ 'ਤੇ ਰੇਟ ਪਤਾ ਕਰਦਾ ਉਹਨੂੰ 1,10,000 ਮਿਲਦਾ, ਤਾਂ ਉਹ ਦੇਖ ਕੇ ਕਹਿੰਦਾ ਵੀ ਬਹੁਤ ਮਹਿੰਗਾ ਲਾਉਂਦੇ ਨੇ। ਕਸਟਮਰ ਨੂੰ ਕੁਝ ਨਹੀਂ ਪਤਾ, ਬਹੁਤ ਓਹਲਾ ਹੈ ਫੋਨਾਂ ਦੇ ਵਿੱਚ। ਹੁਣ ਜਿਹੜਾ ਇਹ ਫੋਨ 80,000 ਦਾ ਕਿਉਂ ਹੈ? ਦੇਖੋ ਓਕੇ ਹੈ, ਸਾਫ਼ ਹੈ, ਕੋਈ ਕਮੀ ਪੇਸ਼ੀ ਨਹੀਂ, ਕਈ ਕਮੀ ਪੇਸ਼ੀ ਵਾਲੇ ਵੀ ਸਸਤੇ ਹੁੰਦੇ ਨੇ। ਇਹਦੀ ਵਾਰੰਟੀ ਵੀ ਬੋਲਦੀ ਹੈ ਪ੍ਰੋਪਰ 25 ਫਰਵਰੀ ਤੱਕ, ਮੈਂ ਤੁਹਾਨੂੰ ਉਹ ਵੀ ਚੈੱਕ ਕਰਾ ਦੇਣਾ, ਇੱਕ ਸਕੈਨਰ ਲਿਆ ਉਹ ਵੀ ਚੈੱਕ ਕਰਾ ਦੇਣਾ। ਦੇਖੋ ਸਭ ਤੋਂ ਪਹਿਲਾਂ ਹੁਣ 80,000 ਦਾ ਕਿਉਂ ਹੈ? ਇਹ ਟਰਬੋ ਹੈ, ਹੁਣ ਟਰਬੋ ਬਾਰੇ ਨਹੀਂ ਲੋਕਾਂ ਨੂੰ ਪਤਾ ਵੀ ਟਰਬੋ ਕੀ ਚੀਜ਼ ਹੁੰਦੀ ਹੈ। ਆਹ ਦੇਖੋ ਹੁਣ ਆਪਾਂ ਇਹਦਾ ਸਕੈਨਰ ਮਾਰਿਆ, 25 ਫਰਵਰੀ 2025 ਤੱਕ ਇਹਦੀ ਵਾਰੰਟੀ ਪਈ ਹੈ, ਪਰ ਇਹਦੀ ਵਾਰੰਟੀ ਮਿਲਦੀ ਨਹੀਂ। ਟਰਬੋ ਮਤਲਬ ਕੀ ਹੈ? ਲੋਕ ਫੋਨ ਹੈ। ਕਈ ਦੁਕਾਨਦਾਰ ਕੀ ਲਿਖ ਦਿੰਦੇ ਨੇ ਵੀ ਇੱਕ ਮਹੀਨਾ ਪੁਰਾਣਾ ਹੁੰਦਾ, ਇੱਕ ਮਹੀਨਾ ਪੁਰਾਣਾ ਫੋਨ ਹੈ ਪਰ ਇਹਦੀ ਵਾਰੰਟੀ ਨਹੀਂ ਮਿਲਦੀ। ਜੇ ਇਹਦੀ ਵਾਰੰਟੀ ਮਿਲਦੀ ਹੋਵੇ ਤਾਂ ਲੋਕ ਕਿਉਂ ਹੋਇਆ? ਦੇਖੋ ਕੋਈ ਵਿੱਚੋਂ ਨਹੀਂ ਦਿਖਾਉਂਦਾ, ਪ੍ਰੋਪਰ ਜਾਣਕਾਰੀ ਨਹੀਂ ਦਿੰਦਾ ਸੀ, ਪ੍ਰੋਪਰ ਜਾਣਕਾਰੀ ਦੱਸ ਰਿਹਾ। ਦੇਖੋ ਸਿਮ ਲੋਕ ਹੈ, ਇਹਦੇ ਨਾਲ ਇੱਕ ਸਿਮ ਚੱਲੂਗਾ, ਇਹ 'ਚ ਕੋਈ ਈ ਸਿਮ ਨਹੀਂ ਚੱਲਦਾ ਟਰਬੋ ਦੇ ਵਿੱਚ। ਪਹਿਲਾਂ ਟਰਬੋ 'ਚ ਚੱਲੋ, ਇਹਦੇ ਵਿੱਚ ਇੱਕ ਪੱਤੀ ਪਊ ਸਿਮ ਦੇ ਨਾਲ, ਜੀਓ ਸਿਮ ਚੱਲੂ, ਏਅਰਟੈਲ, ਕਈ ਰੀਲਾਂ ਚੱਲ ਰਹੀਆਂ ਨੇ ਜੀਓ ਸਿਮ ਵਰਕਿੰਗ ਅਤੇ ਏਅਰਟੈਲ ਵਰਕਿੰਗ, ਇੱਕ ਮਹੀਨਾ ਪੁਰਾਣਾ 15 ਪ੍ਰੋ ਮੈਕਸ 80,000 ਦਾ, ਵੱਧ ਤੋਂ ਵੱਧ 85 ਦਾ ਪਾ ਦੇਣਗੇ, ਕੋਈ ਜਿੰਨੇ ਦਾ ਵੀ ਪਾ ਦੇਣਗੇ। ਵੀਰੇ ਪ੍ਰੋਪਰ ਜਾਣਕਾਰੀ ਲਿਖਦੇ, ਗਾਹਕ ਨੂੰ ਨਹੀਂ ਪਤਾ ਵੀ ਟਰਬੋ ਸਿਮ ਕੀ ਹੁੰਦਾ। ਉਸ ਤੋਂ ਬਾਅਦ ਮੇਰੇ ਕੋਲ 14 ਪ੍ਰੋ ਮੈਕਸ ਪਿਆ, 128 GB ਦਾ, 75,000 ਦਾ, ਦੇਖੋ ਆਊਟ ਵਾਰੰਟੀ ਹੈ, 90 ਹੈਲਥ ਹੈ। ਇਹ 256 GB ਹੈਗਾ ਜੀ 70,000 ਦਾ। ਹੁਣ ਦੇਖੋ ਤੁਸੀਂ ਸੋਚੋਗੇ ਇਹ 'ਚ ਕਮੀ ਪੇਸ਼ੀ, ਕਮੀ ਪੇਸ਼ੀ ਕੋਈ ਨਹੀਂ, ਹਲਕੀ ਫੁਲਕੀ ਇਹਦੀ ਕੰਡੀਸ਼ਨ ਥੋੜ੍ਹੀ ਮੋਟੀ ਰਫ ਹੈ, ਕਈ ਦੁਕਾਨਦਾਰ ਨਹੀਂ ਦੱਸਦੇ ਵੀਰੇ, ਅਸੀਂ ਪ੍ਰੋਪਰ ਜਾਣਕਾਰੀ ਦੱਸਦੇ ਹਾਂ, ਸਾਡੇ ਕੋਲ ਸਾਫ਼ ਸੁਥਰਾ ਸਟੋਕ ਹੁੰਦਾ, ਗੰਦਾ ਮੰਦਾ ਸਟੋਕ ਨਹੀਂ ਰੱਖਦੇ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਮੇਰੇ ਕੋਲ 15 ਪ੍ਰੋ ਪਿਆ, ਇਹਦੀ ਵਾਰੰਟੀ ਬੋਲਦੀ ਹੈ ਮਿਲਦੀ ਨਹੀਂ, ਇਹ 82,000 ਦਾ 15 ਪ੍ਰੋ। ਹੁਣ ਇਹਦਾ ਮੈਂ ਲਿਖ ਕੇ ਪਾ ਦਾਂ, ਇੱਕ ਮਹੀਨਾ ਪੁਰਾਣਾ 82,000 ਦਾ, ਤੁਸੀਂ ਦੁਕਾਨ 'ਤੇ ਆਓਗੇ ਵਿਕ ਗਿਆ, ਉਹ ਕੰਮ ਨਹੀਂ। ਕਿਉਂਕਿ ਵੀਰੇ ਜਿਹੜੀ ਚੀਜ਼ ਆ ਜੈਨੂਨ ਦੱਸ ਕੇ ਦਿਓ, ਲੋਕ ਜੈਨੂਨ ਦੱਸ ਕੇ ਨਹੀਂ ਪਾਉਂਦੇ। ਹੁਣ ਮੈਂ ਇਹਦੀ ਰੀਲ ਅਪਡੇਟ ਕਰ ਦੇਣਾ, 15 ਪ੍ਰੋ ਮੈਕਸ ਇੱਕ ਮਹੀਨਾ ਪਹਿਲਾਂ ਐਕਟੀਵੇਟ ਹੋਇਆ ਜੀ 80,000 ਦਾ, ਏਅਰਟੈਲ ਜੀਓ ਸਿਮ ਵਰਕਿੰਗ, ਛੋਟੇ ਅੱਖਰਾਂ 'ਚ ਲਿਖ ਦੂੰਗਾ। ਪ੍ਰੋਪਰ ਜਾਣਕਾਰੀ ਵੀ ਪੜ੍ਹ ਲਿਆ ਕਰੋ, ਕਸਟਮਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ, ਜਿਹੀ ਜਿਹੀ ਚੀਜ਼ ਹੁੰਦਾ ਉਹੀ ਰੇਟ ਹੁੰਦਾ, ਕੋਈ ਇਹ ਨਹੀਂ ਅਸੀਂ ਵੱਧ ਕੇ ਲਾਉਣੇ ਕਿਸੇ ਚੀਜ਼ ਦਾ। ਜਿਹੀ ਜਿਹੀ ਚੀਜ਼ ਸਾਫ਼ ਲਿਆਉਂਗੇ 1,500 ਮਹਿੰਗੀ ਹੋਊ, ਸਾਡੇ ਕੋਲ ਜ਼ਿਆਦਾ ਸਟੋਕ ਹੁੰਦਾ ਸਾਫ਼ ਸੁਥਰਾ, ਸਾਹਮਣੇ ਪਿਆ ਦੇਖੋ, ਕਮੀ ਪੇਸ਼ੀ ਵਾਲਾ ਨਹੀਂ ਹੁੰਦਾ। ਜੇ ਕਮੀ ਪੇਸ਼ੀ ਵਾਲਾ ਹੋਊ ਮੈਂ ਤੁਹਾਨੂੰ ਉਹ ਵੀ ਦੱਸ ਦੇਣਾ। ਦੇਖੋ ਜਿਹੀ ਚੀਜ਼ ਮੰਗੋਗੇ ਉਹੀ ਚੀਜ਼ ਮਿਲ ਜੂਗੀ। ਹੁਣ ਮੇਰੇ ਕੋਲ 11 ਪਿਆ ਰੈੱਡ ਕਲਰ ਦਾ, ਲਾਲ ਰੰਗ ਦਾ, ਹੁਣ ਮੈਂ ਤੁਹਾਨੂੰ ਉਹਦੇ ਵੀ ਦੱਸਦਾ ਕੀ ਕਰਨਾ। ਹੁਣ ਮੈਂ ਤੁਹਾਨੂੰ ਦੱਸਤਾ ਨਾ ਵੀ ਸਸਤੇ ਕਿਉਂ ਨੇ, ਜਿਹੀ ਚੀਜ਼ ਲਓਗੇ ਉਹੀ ਚੀਜ਼ ਮਿਲ ਜੂਗੀ, ਘੱਟ ਹੈਲਥ ਵਾਲਾ ਲੈ ਲਓਗੇ ਸਸਤਾ ਮਿਲ ਜੂ, ਵੱਧ ਹੈਲਥ ਵਾਲਾ ਲੈ ਲਓਗੇ ਮਹਿੰਗਾ ਮਿਲ ਜੂ। ਹੁਣ 13 ਪ੍ਰੋ ਜਿਹੜਾ 56,000 ਦੇ ਦੀ 85 ਹੈਲਥ ਹੈ, ਜਿਹੜਾ 92 ਹੈਲਥ ਦੇ ਵਿੱਚ ਹੈ ਇਹ 4-5 ਹਜ਼ਾਰ ਮਹਿੰਗਾ ਹੋ ਗਿਆ। ਹੈਲਥ ਦੇ ਅਕੋਰਡਿੰਗ ਲੋਕ ਹੈਲਥ ਕਰਕੇ ਹੀ ਫੋਨ ਲੈਂਦੇ ਨੇ, ਪਰ ਹੈਲਥ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਥੋੜ੍ਹੀ ਮੋਟੀ ਰਫ ਕੰਡੀਸ਼ਨ ਵਾਲਾ ਪਾ ਦੇ। ਹੁਣ ਆਹ ਮੇਰੇ ਕੋਲ 11 ਹੈ ਰੈੱਡ ਕਲਰ ਦਾ, ਇਹ ਮੈਂ ਤੁਹਾਨੂੰ 15-15 ਹਜ਼ਾਰ ਦੀ ਦੇ ਦੂੰਗਾ, ਵੀ ਚੱਕੋ ਜੀ, ਵਿੱਚੋਂ ਨਹੀਂ ਦੱਸਦਾ, ਵਿੱਚੋਂ ਨਹੀਂ ਸਕਰੀਨ ਚੇਂਜ ਹੈ, ਸਸਤਾ ਮਿਲ ਜਾਂਦਾ ਨੇ।
ਹੁਣ ਸਹੀ ਜੈਨੂਨ ਓਕੇ ਸਾਫ ਸੁਥਰਾ ਫੋਨ ਲਾਉਂਗੇ ਉਹ ਵੀਰੇ 21 to 22 to 23 thousand ਦੇ ਵਿੱਚ ਮਿਲੂ। ਹੈਲਥ ਦੇ ਅਕੋਰਡਿੰਗ, ਗਰੰਟੀ ਦੇ ਅਕੋਰਡਿੰਗ ਫੋਨ ਅੱਜ ਕੱਲ੍ਹ ਉਹ ਹਿਸਾਬ ਨਾਲ ਰੇਟ ਨੇ, ਜਿਵੇਂ ਹੁਣ 1300 Pro ਦਾ ਦੱਸਿਆ, ਹੁਣ 14 Max ਵੀ ਪਿਆ ਮੇਰੇ ਕੋਲ 70 thousand ਦਾ, 256 GB ਹੈ। ਹੁਣ ਤੁਹਾਨੂੰ ਇਹ ਰੇਟ ਕਿਤੋਂ ਵੀ ਨਹੀਂ ਮਿਲਦਾ ਇੰਨਾ ਸਸਤਾ, ਮੈਂ ਪਾ ਦੇਣਾ, ਕਨਫਿਊਜ਼ ਕਰ ਦੇਣਾ। ਇੱਕ ਅੱਧੀ ਚੀਜ਼ ਸਸਤੀ ਵੀ ਆ ਜਾਂਦੀ ਹੈ, ਉਹਦੇ ਵਿੱਚ ਕੋਈ ਕਮੀ ਪੇਸ਼ੀ ਹੁੰਦੀ ਆ, ਉਹ ਕਈ ਦੁਕਾਨਦਾਰ ਅਪਡੇਟ ਨਹੀਂ ਕਰਦੇ, ਸਾਡਾ ਉਹ ਕੰਮ ਨਹੀਂ, ਅਸੀਂ ਪ੍ਰੋਪਰ ਜਾਣਕਾਰੀ ਦੱਸਾਂਗੇ ਜਿਹੜੀ ਹੈਗੀ ਆ। ਇੱਕ ਹੋਰ ਸਭ ਤੋਂ ਵੱਡੀ ਕਮੀ ਪੇਸ਼ੀ ਕੀ ਆਉਂਦੀ ਆ, 14 series ਅਤੇ 15 series ਦੇ ਵਿੱਚ ਜਿਹੜਾ USA ਦਾ ਫੋਨ ਆਉਂਦਾ ਉਹ eSIM ਆਉਣ ਲੱਗ ਗਿਆ ਜੀ। eSIM ਦਾ ਮਤਲਬ ਵੀ ਉਹਦੇ ਵਿੱਚ ਜਿਹੜੀ ਸਿਮ ਸਲੋਟ ਆ ਉਹ ਪੈਂਦੀ ਨਹੀਂ, ਦੋਨੀ ਸਿਮ ਪਰਮਾਨੈਂਟ ਹੀ ਹੋ ਜਾਂਦੇ ਨੇ। ਉਹ ਆਮ ਫੋਨ ਨਾਲੋਂ 5-10 thousand ਸਸਤਾ ਮਿਲ ਜਾਂਦਾ। ਉਹ ਲੋਕ ਕੀ ਕਰਨਗੇ, USA ਦਾ ਝੰਡਾ ਲਾ ਦੇਣਗੇ ਉੱਤੇ, ਉਹ ਵੀ ਨਹੀਂ ਦੱਸਦੇ। ਗਲਤ ਗੱਲ ਹੈ ਜਿਹੜੀ, ਗਲਤ ਨੂੰ ਗਲਤ ਕਹੋ, ਪਰ ਅਸੀਂ ਇਹ ਚੀਜ਼ ਨਹੀਂ ਕਰਦੇ, ਅਸੀਂ ਪ੍ਰੋਪਰ ਦੱਸਦੇ ਹਾਂ ਵੀ ਇਹ ਆਹ ਕੰਟਰੀ ਦਾ। ਹੁਣ ਇਹਦੀ ਵਾਰੰਟੀ ਬੋਲਦੀ ਹੈ, ਅਸੀਂ ਇਹਨੂੰ ਕਹਿ ਕੇ ਵੇਚ ਦਈਏ 1 lakh rupees ਦਾ, ਉਹ ਵਧੀਆ ਨਹੀਂ ਲੱਗਦਾ। ਇੱਕ ਨੰਬਰ 'ਚ ਕੰਮ ਆ, ਅਸੀਂ ਕਦੇ ਗਲਤ ਕੰਮ ਕੀਤਾ ਨਾ ਕਰਨਾ। ਜਿਹੜੀ ਆਊਟ ਗਰੰਟੀ, ਇਹਦੀ ਵਾਰੰਟੀ ਨਹੀਂ ਮਿਲਦੀ, ਅਤੇ ਕਲੇਮ ਲਿਆ ਗਿਆ ਟਰਬੋ ਹੋ ਗਿਆ, ਲੋਕ ਹੋ ਗਿਆ ਜੀ, ਇਹ ਸਿਰਫ 80 thousand ਦੀ ਮਿਲ ਜਾਂਦਾ। ਜੇ ਆਪਾਂ ਇਹਦੇ ਸਹੀ ਵੈਲਿਊ ਵਾਲਾ ਫੋਨ ਦੇਖੀਏ, ਮੈਂ ਤੁਹਾਨੂੰ ਦਿਖਾ ਦੇਣਾ, ਸਾਡੇ ਕੋਲ ਉਹ ਵੀ ਚੀਜ਼ ਪਈ ਹੈ। ਲਓ, ਜਿੰਨੇ ਮਰਜ਼ੀ ਲੈ ਲਓ, ਸਹੀ ਵੈਲਿਊ ਵਾਲਾ ਫੋਨ 1 lakh+ ਮਿਲੂਗਾ ਜੀ, ਇਹ ਘੱਟ ਨਹੀਂ ਮਿਲਦਾ। ਜਿਹੜੇ ਕੋਈ ਵੀ ਜੇ ਦੁਕਾਨਦਾਰ ਫੋਨ ਸਸਤਾ ਕੱਟ ਲੈਂਦਾ, ਉਹ ਕਦੇ ਵੀ ਸਸਤਾ ਨਹੀਂ ਵੇਚੂਗਾ, ਜਿਹੜੀ ਉਹਦੀ ਵੈਲਿਊ ਆ ਫੋਨ ਦੀ ਉਹ ਵੈਲਿਊ ਰੇਟ 'ਤੇ ਮਿਲੂਗਾ। ਜੇ ਕੋਈ ਤੁਹਾਨੂੰ ਮਾਰਕੀਟ 'ਚ ਫੋਨ 13 Pro ਜਿਵੇਂ 60 thousand ਦਾ ਮਾਰਕੀਟ 'ਚੋਂ 50 thousand ਦਾ ਮਿਲਦਾ, ਉਹਦੇ ਵਿੱਚ ਕੋਈ ਨਾ ਕੋਈ ਕਮੀ ਪੇਸ਼ੀ ਹੋਊਗੀ। ਦੂਜਾ ਤੀਜਾ ਕਾਰਨ ਹੋਰ ਹੈ, ਕਈ ਫੋਨ ਬਿਨ ਡੱਬਿਆਂ ਤੋਂ ਵਿਕਦੇ ਨੇ, ਅਸੀਂ ਬਿਨ ਡੱਬਿਆਂ ਤੋਂ ਨਹੀਂ ਵੇਚਦੇ। ਹੁਣ ਜਿਵੇਂ 13 Pro ਦਾ ਸਹੀ ਰੇਟ ਚੱਲ ਰਿਹਾ 55 to 60 thousand ਹੈਲਥ ਦੇ ਅਕੋਰਡਿੰਗ, ਵਾਰੰਟੀ 'ਚ ਨਹੀਂ ਮਿਲਦਾ। ਤੁਹਾਨੂੰ ਮਾਰਕੀਟ 'ਚੋਂ 50 thousand ਦਾ ਮਿਲਿਆ, ਉਹਦਾ ਡੱਬਾ ਨਹੀਂ ਆਉਣਾ, ਤੁਸੀਂ ਡੱਬੇ ਦੇ ਮਾਰੇ ਕਹਿੰਦੇ ਨੂੰ ਸਾਨੂੰ ਲੋੜ ਨਹੀਂ, ਅੱਜ ਲੈ ਲਓਗੇ। ਸੇਲ ਕਰਨ ਵੇਲੇ ਡੱਬੇ ਵਾਲਾ ਵੱਡਾ ਫੋਨ ਵੀਰੇ ਵਿਦਆਊਟ ਬਾਕਸ ਤੋਂ ਵਿਕਦਾ ਨਹੀਂ। ਬਹੁਤ ਕਾਰਨ ਹੁੰਦੇ ਨੇ, ਇੱਕ ਫੋਨ ਦੇ ਰੇਟ ਕਈ ਤਰ੍ਹਾਂ ਦੇ ਹੋ ਜਾਂਦੇ ਨੇ। 13 Pro ਦਾ ਰੇਟ 50 to 60 thousand ਦੇ ਵਿੱਚ ਹੋ ਜਾਂਦਾ, ਕੋਈ ਥੋੜ੍ਹੀ ਮੋਟੀ ਸਕਰੈਚ ਹੋਊਗਾ ਉਹ ਸਸਤਾ ਹੋਜੂ, ਕਈਆਂ ਦੇ ਬਾਕਸ ਨਹੀਂ ਹੁੰਦੇ। ਸਾਡੇ ਕੋਲ ਜਿੰਨਾ ਵੀ ਸਟਾਕ ਹੁੰਦਾ ਦੇਖੋ, ਸਾਫ਼ ਸੁਥਰਾ ਸਟਾਕ ਹੁੰਦਾ, ਜੈਨੂਇਨ ਹੁੰਦਾ, ਕੋਈ ਗੰਦ ਮੰਦ ਨਹੀਂ। ਜੇ ਆਉਂਦਾ ਵੀ ਆ ਕੋਈ 5% ਅਸੀਂ ਉਹ ਚੀਜ਼ ਦੱਸ ਕੇ ਦਿੰਦੇ, ਜਿਵੇਂ 11 Pro ਇਹ 15 thousand ਦੀ ਹੈ। ਕਈ ਕਹਿੰਦੇ ਸਸਤਾ ਲੈਣਾ, ਵਿੱਚ ਕੱਟ ਲੈਂਦੇ, ਦੂਰੋਂ ਆਉਂਦੇ ਨਹੀਂ, ਅਸੀਂ ਚੀਜ਼ ਪ੍ਰੋਪਰ ਜਾਣਕਾਰੀ ਨਾਲ ਦੱਸਦੇ ਹਾਂ ਵੀ ਆਹ ਚੀਜ਼ ਐਵੇਂ ਹੈ, ਆਹ ਕੰਟਰੀ ਦਾ ਫੋਨ ਹੈ ਤਾਂ ਕਰਕੇ ਸਸਤਾ। ਕਈ ਰੀਲਾਂ ਚਲਾਉਣ ਦੇ ਮਾਰੇ, ਰੀਲ ਨੂੰ ਅਪਡੇਟ ਕਰਨ ਦੇ ਮਾਰੇ, ਪੇਜ ਨੂੰ ਆਪਦੀ ਰੀਚ ਅਪ ਕਰਨ ਦੇ ਮਾਰੇ ਲਿਖ ਦਿੰਦੇ ਨੇ 15 Pro Max 80 thousand ਦਾ ਜੀਓ ਏਅਰਟੈਲ ਸਿਮ ਵਰਕਿੰਗ, ਉਹ ਲਿਖਦੀ ਨਹੀਂ ਵੀ ਇਹ ਟਰਬੋ ਫੋਨ ਹੈ। ਗਾਹਕ ਨੂੰ ਪਤਾ ਹੀ ਨਹੀਂ, ਅੱਜ ਕੱਲ੍ਹ ਗਾਹਕ ਨੂੰ ਟਰਬੋ ਬਾਰੇ ਵੀ ਨਹੀਂ ਪਤਾ, ਪ੍ਰੋਪਰ ਜਾਣਕਾਰੀ ਕਸਟਮਰ ਵੀ ਰੱਖਿਆ ਕਰੋ ਪਲੀਜ਼। ਜਦੋਂ ਕਿਤੋਂ ਵੀ ਫੋਨ ਲੈਣ ਜਾਂਦੇ ਹੋ ਕਿਸੇ ਵੀ ਦੁਕਾਨ ਤੋਂ, ਤਾਂ ਉਹਨਾਂ ਨੂੰ ਪੁੱਛੋ ਤੁਸੀਂ ਵੀ ਇਹ ਫੋਨ ਸਸਤਾ ਕਿਉਂ ਹੈ, ਇਹ ਐਵੇਂ ਕਿਵੇਂ ਹੈ। ਕਈ ਲੁਧਿਆਣੇ ਦੇ ਵਿੱਚ, ਪਟਿਆਲੇ ਦੇ ਵਿੱਚ ਟਰਬੋ ਸਿਮ ਨੂੰ ਸਹੀ ਦੇ ਕਹਿ ਕੇ ਵਿੱਚ ਰੇਟ 'ਤੇ ਵੇਚ ਦਿੰਦੇ ਨੇ। ਸਾਡੇ ਕੋਲ ਉਹ ਚੀਜ਼ ਨਹੀਂ ਹੋਊ, ਸਾਡੀ ਹਰ ਇੱਕ ਚੀਜ਼ ਦੀ ਜ਼ਿੰਮੇਵਾਰੀ ਹੋਊ। ਸਾਡੀ ਜ਼ਿੰਮੇਵਾਰੀ ਮਤਲਬ ਕੋਈ ਸਾਡੇ ਕੋਲ ਕੋਈ ਖੁੱਲ੍ਹਿਆ ਕਰਿਆ ਫੋਨ ਨਹੀਂ ਹੋਊਗਾ, ਬੈਟਰੀ ਬੂਸਟ ਨਹੀਂ ਹੋਊਗੀ, ਹਰ ਇੱਕ ਚੀਜ਼ ਓਰੀਜਨਲ ਹੈ। ਹਾਂ ਇੱਕ ਗੱਲ ਹੈ, 2-4% ਅਪਡੇਟ ਘੱਟ ਜਾਂਦੀ ਹੈ। ਸਾਡਾ ਫੋਨ ਤੁਸੀਂ ਕੇਅਰ ਦੇ ਵਿੱਚ ਜਿੱਥੇ ਮਰਜ਼ੀ ਚੈੱਕ ਕਰਾ ਸਕਦੇ ਹੋ, ਬਾਕਸ ਵਾਲਾ ਫੋਨ ਹੋਊ, ਜੈਨੂਇਨ ਹੋਊ, ਕੇਬਲ ਤੱਕ ਹਰ ਇੱਕ ਚੀਜ਼ ਓਰੀਜਨਲ ਹੋਊਗੀ, ਕੋਈ ਚੀਜ਼ ਗਲਤ ਨਹੀਂ ਹੋਊ। ਵੀਡੀਓ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ, ਬਾਕੀ ਅਸੀਂ ਇੰਸਟਾਗ੍ਰਾਮ 'ਤੇ ਆਪਣੀ ਡੇਲੀ ਅਪਡੇਟ ਪਾਉਂਦੇ ਰਹਿੰਦੇ ਹਾਂ। ਓਕੇ, ਧੰਨਵਾਦ ਜੀ।